ਹਰ ਸ਼ੀਖਾਂ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਕਰਵਾ ਚੌਥ ਦਾ ਤਿਹਾਰ ਆਉਣ ਵਾਲਾ ਹੈ ਤੇ ਅੱਜ ਦੀ ਸਾਡੀ ਵੀਡੀਓ ਵੀ ਕਰਵਾ ਚੌਥ ਦੇ ਵਰਤ ਦੇ ਲੇਟਡ ਹੈ ਕਰਵਾ ਚੌਥ ਭਾਰਤ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਹਿੰਦੂ ਤਿਹਾਰ ਹੈ ਇਹ ਖਾਸ ਤੌਰ ਤੇ ਉੱਤਰੀ ਭਾਰਤ ਦੇ ਰਾਜ ਜਿਵੇਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਮਨਾਇਆ ਜਾਂਦਾ ਹੈ ਤੇ ਇਹ ਤਿਹਾਰ ਵਿਆਹਾਂ ਹੋਈਆਂ ਇਸਤਰੀਆਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਤੇ ਉਹਦੀ ਸੁੱਖ ਸਮਰiddhi ਲਈ ਮਨਾਇਆ ਜਾਂਦਾ ਹੈ ਕਰਵਾ ਚੌਥ ਇਕੱਤੇ ਦੀ கிருஷ்ਨਾ ਪੱਖ ਚੌਥ ਚੌਥੀ ਤਿਥ ਨੂੰ ਆਉਂਦਾ ਹੈ ਜੋ ਕਿ ਅਕਤੂਬਰ ਜਾਂ ਨਵੰਬਰ ਵਿੱਚ ਆਉਂਦਾ ਹੈ ਇਸ ਦਿਨ ਇਸਤਰੀਆਂ ਸਵੇਰੇ ਸੂਰਜ ਉਗਣ ਤੋਂ ਪਹਿਲਾਂ ਉੱਠਦੀਆਂ ਹਨ ਤੇ ਸਰਗੀ ਖਾਂਦੀਆਂ ਹਨ ਜੋ ਕਿ ਉਹਨਾਂ ਦੀ ਮਾਂ ਜਾਂ ਉਹਨਾਂ ਦੀ ਸੱਸ ਦੇ ਵੱਲੋਂ ਬਣਾਈ ਜਾਂਦੀ ਹੈ ਤੇ ਫਿਰ ਉਹ ਸਾਰਾ ਦਿਨ ਪਾਣੀ ਤੱਕ ਵੀ ਨਹੀਂ ਪੀਂਦੀਆਂ ਉਹ ਫਿਰ ਦੁਪਹਿਰ ਤੱਕ ਕਹਾਣੀ ਸੁਣਦੀਆਂ ਹਨ ਤੇ ਕੋਈ ਫਰੂਟ ਖਾ ਲੈਂਦੀ ਹਨ ਪਰ ਉਹ ਪਾਣੀ ਰਾਤ ਨੂੰ ਚੰਦ ਦੇਖਣ ਤੋਂ ਬਾਅਦ ਹੀ ਆਪਣੀ ਆਪਣੇ ਪਤੀ ਦੇ ਹੱਥੋਂ ਪੀਂਦੀਆਂ ਹਨ ਤੇ ਫਿਰ ਆਪਣਾ ਬਰਤ ਖੋਲਦੀਆਂ ਹਨ ਦੇਖਿਆ ਜਾਂਦਾ ਹੈ ਕਿ ਇਸ ਦਿਨ ਚੰਦ ਬਹੁਤ ਲੇਟ ਨਿਕਲਦਾ ਹੈ ਤੇ ਉਹ ਚੰਦ ਦਾ ਇੰਤਜ਼ਾਰ ਕਰਦੀਆਂ ਕਰਦੀਆਂ ਥੱਕ ਜਾਂਦੀਆਂ ਹਨ ਇਸ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਕਰਵਾ ਹੈ ਜੋ ਕਿ ਇੱਕ ਮਿੱਟੀ ਦਾ ਛੋਟਾ ਜਿਹਾ ਕੁੰਭ ਹੁੰਦਾ ਹੈ ਇਸ ਨੂੰ ਪੂਜਾ ਸਮੱਗਰੀ ਨਾਲ ਸਜਾਇਆ ਜਾਂਦਾ ਹੈ ਤੇ ਇਸ ਦੀ ਮਦਦ ਨਾਲ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਛਾਨਨੀ ਦੀ ਮਦਦ ਨਾਲ ਪਹਿਲਾਂ ਚੰਦਰਮਾ ਨੂੰ ਵੇਖਿਆ ਜਾਂਦਾ ਹੈ ਤੇ ਫਿਰ ਉਸ ਵਿੱਚੋਂ ਆਪਣੇ ਪਤੀ ਦੀ ਛਵੀ ਦੇਖੀ ਜਾਂਦੀ ਹੈ ਕੁਝ ਇਸਤਰੀਆਂ ਆਪਣੇ ਪੇਕੇ ਘਰ ਉਪਰਾਥ ਰੱਖਦੀਆਂ ਹਨ ਤੇ ਕੁਝ ਆਪਣੇ ਸਹੁਰੇ ਘਰ ਜਿਸ ਦਾ ਪਹਿਲਾ ਬਰਤ ਹੁੰਦਾ ਹੈ ਉਸ ਦੇ ਸਹੁਰਿਆਂ ਵੱਲੋਂ ਉਸ ਨੂੰ ਸਰਗੀ ਭੇਜੀ ਜਾਂਦੀ ਹੈ ਜਿਸ ਵਿੱਚ ਸੋਨੇ-ਸੋਨੇ ਸੂਟ ਨਾਲ ਕੋਈ ਸੋਨੇ ਦਾ ਗਹਿਣਾ ਤੇ ਖਾਣ ਪੀਣ ਦਾ ਸਮਾਨ ਹੁੰਦਾ ਹੈ ਤੇ ਫਿਰ ਉਸ ਦੇ ਪੇਕਿਆਂ ਵੱਲੋਂ ਵੀ ਸੌਰਿਆਂ ਨੂੰ ਕੱਪੜੇ ਦਿੱਤੇ ਜਾਂਦੇ ਹਨ ਤੇ ਇੱਕ ਸੱਸ ਨੂੰ ਭਾਂਡਾ ਦਿੱਤਾ ਜਾਂਦਾ ਹੈ ਜਿਸ ਨੂੰ ਉਹ ਬਿਸਕੁਟਾਂ ਨਾਲ ਭਰ ਕੇ ਜਾਂ ਕਿਸੇ ਹੋਰ ਚੀਜ਼ ਨਾਲ ਭਰ ਕੇ ਲੈ ਕੇ ਜਾਂਦੀਆਂ ਹਨ ਪਹਿਲੇ ਬਰਤ ਵਾਲੀਆਂ ਕੁੜੀਆਂ 11 ਜਾਂ 9 ਕਰੀਏ ਆਣ-ਗਿਵਣ ਵਿੱਚ ਵੰਡ ਕੇ ਆਉਂਦੀਆਂ ਹਨ ਇਸ ਦਿਨ ਔਰਤਾਂ ਸੋਹਣੇ-ਸੋਹਣੇ ਕੱਪੜੇ ਪਾਉਂਦੀਆਂ ਹਨ ਮਹਿੰਦੀ ਲਾਉਂਦੀਆਂ ਹਨ ਸੋਹਣਾ-ਸੋਹਣਾ ਮੇਕਅਪ ਕਰਦੀਆਂ ਹਨ ਤੇ ਉਹ ਇੱਕ ਦੂਜੀ ਤੋਂ ਜ਼ਿਆਦਾ ਸੋਹਣਾ ਲੱਗਣਾ ਚਾਹੁੰਦੀਆਂ ਹਨ ਉਹ ਕਰਵਾ ਚੌਥ ਦੀ ਤਿਆਰੀ ਇੱਕ ਮਹੀਨਾ ਪਹਿਲਾਂ ਹੀ ਕਰਨ ਲੱਗ ਜਾਂਦੀਆਂ ਹਨ ਕਰਵਾ ਚੌਥ ਦੇ ਦਿਨ ਔਰਤਾਂ ਕੁਝ ਸਪੈਸ਼ਲ ਫੀਲ ਕਰਦੀਆਂ ਹਨ ਇੱਕ ਗੱਲ ਹੋਰ ਇਸ ਦਿਨ ਆਪਣੇ ਪਤੀ ਜਾਂ ਸੱਸ ਨਾਲ ਲੜਨਾ ਨਹੀਂ ਚਾਹੀਦਾ ਕਿਉਂਕਿ ਇਸ ਦਿਨ ਪਤੀ ਸਾਨੂੰ ਬਹੁਤ ਸਾਰੀ ਸ਼ਾਪਿੰਗ ਕਰਾਉਂਦਾ ਹੈ ਤੇ ਸਾਨੂੰ ਸਾਡੀ ਸਾਸੂ ਮਾਂ ਕਰਦੇ ਕੰਮਾਂ ਵਿੱਚ ਹੈਲਪ ਕਰਾਉਂਦੀ ਹੈ ਇਸ ਦਿਨ ਔਰਤਾਂ ਨੂੰ ਵੇਲਾ ਰੱਖਿਆ ਜਾਂਦਾ ਕਿਉਂਕਿ ਉਹਨਾਂ ਦਾ ਵਰਤਨ ਦਾ ਹੁਣ ਅਸੀਂ ਗੱਲ ਕਰਾਂਗੇ ਕਰਬਾ ਚੌਥ ਦੇ ਇਤਿਹਾਸ ਦੀ ਕਰਬਾ ਚੌਥ ਨਾਲ ਜੁੜੀਆਂ ਕਈ ਪੁਰਾਣੀਆਂ ਕਥਾਵਾਂ ਹਨ ਜੋ ਇਸ ਇਤਿਹਾਸ ਦੀ ਮਹੱਤਤਾ ਨੂੰ ਦਰਸਾਉਂਦੀਆਂ ਨੇ ਸਵਿਤਰੀ ਤੇ ਸਤਿਆਵੰਦ ਦੀ ਕਥਾ ਇਸ ਕਥਾ ਦੇ ਅਨੁਸਾਰ ਸਵਿਤਰੀ ਨੇ ਆਪਣੇ ਪਤੀ ਸਤਿਆਵੰਦ ਦੀ ਆਤਮਾ ਨੂੰ ਜਮਰਾਜ ਤੋਂ ਵਾਪਸ ਪ੍ਰਾਪਤ ਕਰਨ ਲਈ ਵਰਤ ਰੱਖਿਆ ਸੀ ਉਸਦੀ ਸੱਚੀ ਸੇਵਾ ਤੇ ਸਮਰਪਣ ਨੇ ਜਮਰਾਜ ਨੂੰ ਉਸਦੇ ਪਤੀ ਦੀ ਜ਼ਿੰਦਗੀ ਵਾਪਸ ਦੇਣ ਤੇ ਮਜਬੂਰ ਕਰ ਦਿੱਤਾ ਸੀ। ਦੂਸਰੀ ਹੈ ਕਰਵਾ ਤੇ ਸਤੀ ਅਨਸੂਗਿਆ ਦੀ ਕਥਾ। ਕਰਵਾ ਚੌਥ ਦਾ ਸਬੰਧ ਕਰਵਾ ਨਾਮਕ ਇਸਤਰੀ ਨਾਲ ਜੋੜਿਆ ਜਾਂਦਾ ਹੈ ਜਿਸ ਨੇ ਆਪਣੇ ਪਤੀ ਦੀ ਰਾਖੀ ਲਈ ਮਗਰਮਛ ਨਾਲ ਲੜਾਈ ਕੀਤੀ ਤੇ ਜਮਰਾਜ ਨੂੰ ਉਸਦੇ ਪਤੀ ਦੀ ਜਾਨ ਬਚਾਉਣ ਲਈ ਮਨਾਇਆ। ਤੇ ਅੰਤ ਵਿੱਚ ਅਸੀਂ ਕਹਾਂਗੇ ਕਿ ਇਹ ਤਿਹਾਰ ਪਤੀ ਪਤਨੀ ਦੇ ਪਿਆਰ ਅਤੇ ਸਬੰਧ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਜਿਸ ਨਾਲ ਪਰਿਵਾਰਿਕ ਸਦਭਾਵਨਾ ਤੇ ਇੱਕ ਦੂਜੇ ਲਈ ਆਦਰਵਾਦ ਹੈ ਹੋ ਸਕਦਾ ਹੈ ਕਿ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ